ਅੱਛਾ ਸਾਡਾ ਇੱਕ ਸੀਨ ਸੀ ਮੇਰਾ ਤੇ ਨੀਰੂ ਮੈਮ ਦਾ ਤੇ ਉਹਦੇ ਚ ਗੱਡੀ ਚਲਾਉਣੀ ਸੀ ਨੀਰੂ ਮੈਮ ਨੇ ਦੋ ਕੈਮਰੇ ਲੱਗੇ ਹੋਏ ਸੀ ਇੱਕ ਫਰੰਟ ਤੇ ਇੱਕ ਸਾਈਡ ਤੇ ਮੈਂ ਪਹਿਲਾਂ ਬੈਠ ਗਿਆ ਸੀ ਕਿਉਂਕਿ ਉਹਨਾਂ ਨੇ ਕੈਮਰਾ ਲਾਉਣਾ ਸੀ ਨੀਰੂ ਮੈਮ ਗੱਡੀ ਚਾਏ ਤੇ 에어ਪੋਰਟ ਰੋਡ ਤੇ ਅਸੀਂ ਗੱਡੀ ਚਲਾਉਣੀ ਸੀ ਤੇ ਨੀਰੂ ਮੈਮ ਕਹਿੰਦੇ ਗੱਡੀ ਤੇ ਆ ਬੈਠੇ ਸਟੀਅਰਿੰਗ ਤੇ ਕਹਿੰਦੇ ਹਾਂ ਧੀਰਜ ਇਹ ਕਿਵੇਂ ਚੱਲਦੀ ਆ ਅੱਛਾ ਫੋਰਚੂਨਰ ਗੱਡੀ ਸੀ ਅੱਛਾ ਤੇ ਮੈਂ ਬਿਲਕੁਲ ਟੋਟਲੀ ਮਤਲਬ ਸੀਨ ਚੋਂ ਬਾਹਰ ਕਰੈਕਟ ਚੋਂ ਮੈਂ ਕਿਹਾ ਮੈਮ ਇੰਨੀ ਜਲਦੀ ਇਹ ਚੀਜ਼ ਸਿੱਖੀ ਨਹੀਂ ਜਾ ਸਕਦੀ ਕਹਿੰਦੇ ਹਾਂ ਕਹਿੰਦੇ ਨਹੀਂ ਨਹੀਂ ਮੈਂ ਆਟੋਮੈਟਿਕ ਚਲਾ ਲ ਲਈ ਤੂੰ ਮੈਨੂੰ ਦੱਸ ਵੀ ਮੈਂ ਗੱਡੀ ਚ ਚਲਾ ਲਉਂਗੀ ਮੈਂ ਕਹਾ ਮੈਂ ਮੈਂ ਨਹੀਂ ਛੇਤੀ ਦਸ ਨਹੀਂ ਜਾਂਦਾ ਮੈਂਨੇ ਨਾ ਪੈਰ ਲਾਇਆ ਮੈਮ ਕਹਿੰਦੇ ਆ ਕੀ ਆ ਮੈਂ ਕਹਾ ਜੀ ਇਹ ਰੇਸ ਮੈਂ ਕਹਿੰਦੇ ਆ ਮੈਂ ਬ੍ਰੇਕ ਤੇ ਤੀਜੀ ਮੈਂ ਚੀਜ਼ ਕੋਈ ਪੁੱਛ ਨਹੀਂ ਕਹਿੰਦੇ ਕਹਿੰਦੇ ਆ ਤੀਜੀ ਚੀਜ਼ ਕੀ ਆ ਮੈਂ ਕਹਾ ਜੀ ਇਹਦੇ ਨਾਲ ਗੱਡੀ ਚਲਣੀ ਕਲੱਚ ਤੇ ਉਹ ਜਦੋਂ ਸੀਨ ਕੀਤਾ ਸੀ ਮੈਨੂੰ ਯਾਦ ਆ ਮੈਂ ਗੇਅਰ ਪਾਉਂਦਾ ਸੀ ਗੇਅਰ ਪਾ ਕੇ ਫਿਰ ਮੈਂ ਅੱਜ ਕਰਕੇ ਭੇਜਦਾ ਹਾਂ ਉਹ ਜੀ ਕਿਉਂਕਿ ਗੁੱਸੇ ਵਾਲਾ ਸੀਨ ਸੀ ਔਰ 에ਰਪੋਰਟ ਤੇ ਗੱਡੀ ਚ ਲਾ ਰਿਹਾ ਔਰ ਮੈਨੂੰ ਪੂਰਾ ਡਰ